की फतेह प्यारे बच्चों, तुहानू पता ही आ आपां धन धन श्री गुरु नानक देव जी का प्रकाश पुरब मना के हटे हाँ। अज आपां गुरु नानक देव जी के जीवन की साखी पढ़ांगे। जदों गुरु नानक देव जी अते भाई मरदाना जी हसन अबदाल पहुंचे। बाबा जी उदासियां वेले दी गल, जदों श्री गुरु नानक देव जी उदासियां करदे करदे हसन अबदाल पहुंचे सन। हां जी बाबा जी, अजकल उत्थे गुरुद्वारा श्री पंजा साहिब भी बनिया होया है। हां जी हां जी, उत्थे ही भाई मरदाना जी वार वार सतगुरां नूं बेनती कर रहे सन के गुरु जी बहुत प्यास लगी आ, पानी पी आवा। तां गुरु जी ने कहा, भाई मरदानिया इस पहाड़ी दे उत्ते एक फकीर रहिंदा ई जिहदा नां वली कंधारी ऐ, उस दे पास एक पानी दा चश्मा ई, शायद तैनूं चश्मे विचों पानी पी लैण देवे। ते भाई मरदाना जी उस पहाड़ी दे उपर चढ़ गए। जिवें ही भाई मरदाना जी ने उस वली कंधारी कोलों पानी दी मंग कीती तां उसने ना कह दित्ती। उह कहिंदा, इह पानी तां मैं अपने पीण लई रख्या ऐ, जे पानी मैं इदां ही दूजिआं नूं दिंदा रिहा ਤਾਂ ਇਹ ਤਾਂ ਮੁੱਕ ਜਾਵੇਗਾ। ਤੇ ਭਾਈ ਮਰਦਾਨਾ ਜੀ ਵਾਪਸ ਗੁਰੂ ਜੀ ਪਾਸ ਆ ਗਏ ਤੇ ਗੁਰੂ ਜੀ ਕਹਿੰਦੇ, ਭਾਈ ਮਰਦਾਨਿਆ ਉਸ ਨੂੰ ਜਾ ਕੇ ਕਹਿ ਦੇ, ਫਕੀਰਾਂ ਨੂੰ ਕਦੀ ਹੰਕਾਰੀ ਨਹੀਂ ਹੋਣਾ ਚਾਹੀਦਾ, ਜੋ ਵੀ ਉਸ ਖੁਦਾ ਦਾ ਦਿੱਤਾ ਹੋਇਆ ਸਾਨੂੰ ਹਮੇਸ਼ਾ ਵੰਡ ਕੇ ਹੀ ਛਕਣਾ ਚਾਹੀਦਾ। ਤੇ ਭਾਈ ਮਰਦਾਨਾ ਜੀ ਦੂਜੀ ਵਾਰ ਪਹਾੜੀ ਤੇ ਚੜ੍ਹ ਗਏ ਤੇ ਉਵੇਂ ਹੀ ਜਾ ਕੇ ਉਸ ਵਲੀ ਕੰਧਾਰੀ ਨੂੰ ਕਹਿ ਦਿੱਤਾ ਜਿਵੇਂ ਗੁਰੂ ਜੀ ਨੇ ਦੱਸਿਆ ਸੀ। ਪਰ ਉਹ ਫਿਰ ਵੀ ਨਾ ਮੰਨਿਆ, ਸਗੋਂ ਅੱਗਿਓਂ ਕਹਿੰਦਾ, ਜੇ ਤੇਰੇ ਗੁਰੂ ਪਾਸ ਕੋਈ ਸ਼ਕਤੀ ਹੈ ਤਾਂ ਤੈਨੂੰ ਪਾਣੀ ਕਿਉਂ ਨਹੀਂ ਪਿਲਾ ਦਿੰਦਾ। ਤੇ ਭਾਈ ਮਰਦਾਨਾ ਜੀ ਫਿਰ ਗੁਰੂ ਜੀ ਪਾਸ ਵਾਪਿਸ ਆ ਗਏ ਤੇ ਗੁਰੂ ਜੀ ਨੂੰ ਵੀ ਉਵੇਂ ਹੀ ਕਹਿ ਦਿੱਤਾ ਜਿਵੇਂ ਉਸ ਬਲੀ ਕੰਧਾਰੀ ਨੇ ਕਿਹਾ ਸੀ। ਤੇ ਗੁਰੂ ਜੀ ਕਹਿੰਦੇ, ਭਾਈ ਮਰਦਾਨਿਆ ਉਸ ਰੱਬ ਤੇ ਭਰੋਸਾ ਰੱਖ, ਉਹ ਜੋ ਵੀ ਕਰਦਾ ਭਲੀ ਕਰਦਾ। ਆ ਇੱਕ ਪੱਥਰ ਪਿਆ ਈ, ਜਾਂ ਉਸ ਨੂੰ ਜਾ ਕੇ ਚੁੱਕ ਦੇ। ਜਿਵੇਂ ਹੀ ਭਾਈ ਮਰਦਾਨਾ ਜੀ ਨੇ ਉਹ ਪੱਥਰ ਚੁੱਕਿਆ ਤੇ ਥੱਲਿਓ ਪਾਣੀ ਦਾ ਸੋਮਾ ਤੁਰ ਪਿਆ। ਉੱਪਰ ਖਲੋਤੇ ਵਲੀ ਕੰਧਾਰੀ ਦੀ ਨਜ਼ਰ ਜਦੋਂ ਆਪਣੇ ਚਸ਼ਮੇ ਵੱਲ ਪਈ ਤਾਂ ਉਸਨੇ ਵੇਖਿਆ ਚਸ਼ਮੇ 'ਚੋਂ ਤਾਂ ਹੌਲੀ ਹੌਲੀ ਪਾਣੀ ਘੱਟ ਰਿਹਾ। ਉਸਨੇ ਥੱਲੇ ਵੇਖਿਆ ਕਿ ਭਾਈ ਮਰਦਾਨਾ ਜੀ ਤਾਂ ਜਲ ਛੱਕ ਰਹੇ ਹਨ। ਉਸ ਨੂੰ ਬਹੁਤ ਗੁੱਸਾ ਆਇਆ। ਉਸਨੇ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਨੂੰ ਮਾਰਨ ਲਈ ਪਹਾੜੀ ਦੇ ਉੱਪਰੋਂ ਇੱਕ ਪੱਥਰ ਰੇੜ ਦਿੱਤਾ। ਜਿਵੇਂ ਹੀ ਭਾਈ ਮਰਦਾਨਾ ਜੀ ਨੇ ਉਹ ਪੱਥਰ ਵੇਖਿਆ ਤੇ ਗੁਰੂ ਜੀ ਨੂੰ ਕਹਿੰਦੇ, ਗੁਰੂ ਜੀ ਪਤਾ ਨਹੀਂ ਪਾਣੀ ਦੀ ਪਿਆਸ ਨਾਲ ਆਪਾਂ ਨੂੰ ਕੁਛ ਹੋਣਾ ਸੀ ਕਿ ਨਹੀਂ, ਪਰ ਹੋਣੀ ਬਚਦੇ। ਗੁਰੂ ਜੀ ਕਹਿੰਦੇ, ਮਰਦਾਨਿਆ ਉਸ ਰੱਬ ਤੇ ਭਰੋਸਾ ਰੱਖ, ਉਹ ਜੋ ਵੀ ਕਰਦਾ ਭਲੀ ਕਰਦਾ। ਤੇ ਜਦੋਂ ਉਹ ਪੱਥਰ ਥੱਲੇ ਆਇਆ ਤਾਂ ਗੁਰੂ ਜੀ ਨੇ ਆਪਣੇ ਇੱਕ ਪੰਜੇ ਦੇ ਨਾਲ ਹੀ ਉਹ ਪੱਥਰ ਰੋਕ ਦਿੱਤਾ ਤੇ ਉਹਨਾਂ ਦੇ ਪੰਜੇ ਦਾ ਨਿਸ਼ਾਨ ਅੱਜ ਵੀ ਉਸ ਪੱਥਰ ਤੇ ਨਜ਼ਰ ਆਉਂਦਾ। ਹਾਂਜੀ ਬਾਬਾ ਜੀ, ਅਸੀਂ ਮੋਬਾਈਲ ਦੀਆਂ ਫੋਟੋਆਂ ਦੇ ਵਿੱਚ ਵੇਖਿਆ ਸੀ। ਅੱਛਾ ਬਾਬਾ ਜੀ, ਗੁਰੂ ਜੀ ਨੇ ਇੰਨਾ ਵੱਡਾ ਪੱਥਰ ਰੋਕ ਦਿੱਤਾ? ਹਾਂਜੀ, ਗੁਰੂ ਜੀ ਤਾਂ ਸਰਬ ਕਲਾ ਸਮਰੱਥ ਹਨ, ਉਹ ਕੁਛ ਵੀ ਕਰ ਸਕਦੇ ਹਨ। ਉੱਪਰ ਖਲੋਤੇ ਵਲੀ ਕੰਧਾਰੀ ਦੀ ਨਜ਼ਰ ਜਦੋਂ ਗੁਰੂ ਜੀ ਵੱਲ ਪਈ, ਉਸਨੇ ਵੇਖਿਆ ਗੁਰੂ ਜੀ ਨੇ ਐਡਾ ਵੱਡਾ ਪੱਥਰ ਆਪਣੇ ਇੱਕ ਪੰਜੇ ਦੇ ਨਾਲ ਹੀ ਰੋਕ ਦਿੱਤਾ ਤੇ ਉਸਦਾ ਉੱਪਰ ਖਲੋਤੇ ਦਾ ਸਾਰਾ ਹੰਕਾਰ ਹੀ ਟੁੱਟ ਗਿਆ ਤੇ ਥੱਲੇ ਆ ਕੇ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਤੇ ਆਪਣੀ ਗਲਤੀ ਦੀ ਮਾਫ਼ੀ ਮੰਗੀ। ਤੇ ਗੁਰੂ ਜੀ ਕਹਿੰਦੇ, ਵਲੀ ਕੰਧਾਰੀ ਸਾਨੂੰ ਕਦੇ ਵੀ ਉਸ ਦੀ ਦਿੱਤੀ ਚੀਜ਼ ਦਾ ਹੰਕਾਰ ਨਹੀਂ ਕਰਨਾ ਚਾਹੀਦਾ, ਸਗੋਂ ਉਸ ਨੂੰ ਵੰਡ ਕੇ ਛਕਣਾ ਚਾਹੀਦਾ ਹੈ। ਤੇ ਇਸੇ ਸਥਾਨ ਤੇ ਹੀ 100 ਸਾਲ ਪਹਿਲਾਂ ਸਿੰਘਾਂ ਨੇ ਆਪਣੀਆਂ ਹਿੱਕਾਂ ਡਾ ਕੇ ਸ਼ੂਕ ਦੀ ਰੇਲ ਨੂੰ ਵੀ ਰੋਕ ਦਿੱਤਾ ਸੀ। ਹੈ ਬਾਬਾ ਜੀ, ਸੱਚੀ ਰੇਲਾਂ ਰੋਕ ਦਿੱਤੀਆਂ ਗਈਆਂ? ਉਹ ਕਿਵੇਂ? ਬਾਬਾ ਜੀ, ਅਸੀਂ ਸੁਣਿਆ ਸੀ ਕਿ ਇਸ ਸਾਲ ਸਾਕਾ ਪੰਜਾ ਸਾਹਿਬ ਜੀ ਦੀ ਸ਼ਤਾਬਦੀ ਮਨਾਈ ਜਾ ਰਹੀ ਹੈ, ਸਾਨੂੰ ਵੀ ਸਾਕਾ ਪੰਜਾ ਸਾਹਿਬ ਦਾ ਇਤਿਹਾਸ ਸੁਣਾਓ। ਚਲੋ ਆਪਾਂ ਸਾਕਾ ਸ਼੍ਰੀ ਪੰਜਾ ਸਾਹਿਬ ਦਾ ਇਤਿਹਾਸ ਦੇਖਦੇ ਹਾਂ। ਅੱਤ ਤੇ ਜ਼ਬਰ ਦਾ ਮੁਕਾਬਲਾ